ਡੇਟ ਅਨਾਊਂਸ ਹੋਈ ਹੈ, ਲੇਕਿਨ ਸਟੇਟ ਇਲੈਕਸ਼ਨ ਕਮਿਸ਼ਨ ਦੀ ਵਰਕਿੰਗ ਦੇ ਉੱਤੇ ਇੱਕ ਪ੍ਰਸ਼ਨ ਚਿੰਨ੍ਹ ਲੱਗਿਆ ਹੈ, ਕਿਉਂਕਿ ਜਿਹੜੇ ਪਹਿਲਾਂ ਮਿਊਨਸਪਲ ਕਾਰਪੋਰੇਸ਼ਨ ਚੁਣਾਵ ਹੋਏ ਹੈ, ਅਸੂਲਨ ਤਾਂ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਇਕੱਠੇ ਹੁੰਦੇ ਰਹੇ ਹੈ, ਉਹਦੇ 'ਚੋਂ ਲੁਧਿਆਣਾ ਅਲੱਗ ਕਰ ਦਿੱਤਾ, ਔਰ ਜਲੰਧਰ, ਅੰਮ੍ਰਿਤਸਰ ਔਰ ਪਟਿਆਲਾ ਜਿਹੜੇ ਚੁਣਾਵ ਹੋਏ ਉਹਦੇ ਵਿੱਚ ਉਸੇ ਦਿਨ ਹੀ ਕਾਊਂਟਿੰਗ ਹੋਈ। ਲੇਕਿਨ ਇੱਥੇ ਜਿਹੜਾ ਸ਼ਡਿਊਲ ਅਨਾਊਂਸ ਕੀਤਾ ਲੁਧਿਆਣਾ ਮਿਊਨਸਪਲ ਕਾਰਪੋਰੇਸ਼ਨ ਲਈ, ਉਹਦੇ ਵਿੱਚ ਇਹਨਾਂ ਨੇ 3 ਦਿਨ ਦਾ ਵਕਫਾ ਪਾ ਦਿੱਤਾ ਕਿ 24 ਨੂੰ ਜਿਹੜਾ ਹੈ ਪੋਲਿੰਗ ਹੋਏਗੀ ਔਰ 27 ਨੂੰ ਕਾਊਂਟਿੰਗ ਹੋਏਗੀ। ਸੋ ਇਹ ਗੱਲ ਸਟੇਟ ਇਲੈਕਸ਼ਨ ਕਮਿਸ਼ਨ ਦੀ ਕਾਰਗੁਜ਼ਾਰੀ 'ਤੇ ਪ੍ਰਸ਼ਨ ਚਿੰਨ੍ਹ ਲਗਾਉਂਦੀ ਹੈ, ਔਰ ਮੈਂ ਮੰਗ ਕਰਦਾ ਹਾਂ ਕਿ ਸਟੇਟ ਇਲੈਕਸ਼ਨ ਕਮਿਸ਼ਨ ਕੋਲੋਂ, ਕਿਉਂਕਿ ਉਹ ਕੋਨਸਟੀਟਿਊਸ਼ਨਲ ਬਾਡੀ ਹੈ, ਕਿ ਉਹ ਇਸ ਗੱਲ ਦੇ ਉੱਤੇ ਜ਼ਰੂਰ ਜਿਹੜਾ ਹੈਗਾ ਚਾਨਣਾ ਪਾਵੇ ਕਿ ਕੀ ਕਾਰਨ ਹਨ ਕਿ 3 ਦਿਨ ਬਾਅਦ ਜਿਹੜੀ ਹੈਗੀ ਇਹਦੀ ਕਾਊਂਟਿੰਗ ਕੀਤੀ ਜਾ ਰਹੀ, ਜਦਕਿ ਹੁਣੀ ਹਲੇ ਆਪਣਾ ਮਹੀਨਾ ਡੇਢ ਹੋਇਆ, ਜਿਹੜੇ ਜਲੰਧਰ, ਪਟਿਆਲਾ ਔਰ ਅੰਮ੍ਰਿਤਸਰ ਦੇ ਚੁਣਾਵ ਹੋਇਆ ਉਹਦੇ ਵਿੱਚ ਜਿਸ ਦਿਨ ਪੋਲਿੰਗ ਖਤਮ ਹੋਈ ਆ ਉਸੇ ਦਿਨ ਹੀ ਜਿਹੜੀ ਆ ਕਾਊਂਟਿੰਗ ਪੂਰੀ ਕਰ ਲਈ। ਸਿਧਾਂਤ ਹੁੰਦਾ ਕਿ ਜਿਸ ਦਿਨ ਜੇ ਪਹਿਲਾਂ ਜਿਹੜਾ ਜੋ ਸ਼ਡਿਊਲ ਅਨਾਊਂਸ ਹੋਇਆ ਉਹਦੇ ਵਿੱਚ ਉਹਨਾਂ ਨੇ ਉਸੇ ਦਿਨ ਹੀ ਕਾਊਂਟਿੰਗ ਕੀਤੀ ਆ, ਜਦੋਂ ਕਾਊਂਟਿੰਗ ਪੋਲਿੰਗ ਹੋਈ ਹੈ, ਕੰਪਲੀਟ ਹੋਈ ਹੈ, ਉਸੇ ਦਿਨ ਉਹਨਾਂ ਬੂਥਾਂ 'ਤੇ ਕਾਊਂਟਿੰਗ ਕਰ ਲਈ। ਇਹਦੇ 3 ਦਿਨ ਦਾ ਵਕਫਾ ਕਿਉਂ ਪਾਇਆ? ਤੁਹਾਨੂੰ ਲੱਗਦਾ ਜੀ ਗੜਬੜ ਹੋ ਸਕਦੀ? ਬਿਲਕੁਲ ਹੋ ਸਕਦੀ ਹੈ, ਇਸੇ ਲਈ ਮੈਂ ਕਿਹਾ ਨਾ ਕਿ ਵੀ ਪ੍ਰਸ਼ਨ ਚਿੰਨ੍ਹ ਲੱਗਦਾ ਉਹਨਾਂ ਦੀ ਕਾਰਗੁਜ਼ਾਰੀ ਉੱਤੇ। ਲਗਭਗ ਹੁਣ ਸਾਲ ਹੋ ਜਾਣਾ ਕੈਪਟਨ ਅਮਰਿੰਦਰ ਸਿੰਘ ਸਰਕਾਰ, ਲੋਕ ਅੱਜ ਤਰਸਤ ਹਨ, ਨਿਰਾਸ਼ ਹਨ, ਹਤਾਸ਼ ਹਨ। ਇੱਕ ਵੀ ਵਾਅਦਾ, ਜਿੰਨੇ ਵਾਅਦੇ ਉਹਨਾਂ ਨੇ ਕੀਤੇ ਜਿੰਨੇ ਫਿਰਕਿਆਂ ਨਾਲ ਕੀਤੇ, ਇੱਕ ਵੀ ਵਾਅਦਾ ਜਿਹੜਾ ਹੈਗਾ ਉਹ ਪੂਰਾ ਨਹੀਂ ਕੀਤਾ। ਚਾਹੇ ਕਿਸਾਨਾਂ ਨਾਲ ਹੈ, ਉਹਦੇ ਲਈ ਤਾਂ ਉਹ ਹੱਥ ਖੜ੍ਹੇ ਕਰ ਗਏ ਕਿ ਹੁਣ ਅਸੀਂ ਕਰਜ਼ਾ ਜਿਹੜਾ ਹੈਗਾ ਇਸ ਤੋਂ ਵੱਧ ਮਾਫ਼ ਨਹੀਂ ਹੋ ਸਕਦਾ। ਨੌਜਵਾਨਾਂ ਨੂੰ ਕੋਈ ਨੌਕਰੀਆਂ ਨਹੀਂ ਦਿੱਤੀਆਂ, 25 ਲੱਖ ਨੌਕਰੀਆਂ ਦਾ ਵਾਅਦਾ ਕੀਤਾ, ਬੇਰੁਜ਼ਗਾਰੀ ਭੱਤੇ ਦਾ ਵਾਅਦਾ ਕੀਤਾ, ਮੋਬਾਈਲ ਦਾ ਵਾਅਦਾ ਕੀਤਾ, 5 ਰੁਪਏ ਯੂਨਿਟ ਇੰਡਸਟਰੀਸ ਨੂੰ ਦੇਣ ਦਾ ਵਾਅਦਾ ਕੀਤਾ, ਔਰ ਕਿਹਾ ਕਿ ਅਸੀਂ ਦੇ ਰਹੇ ਹਾਂ, ਪਰ ਹਾਲ ਤੱਕ ਨਹੀਂ ਦਿੱਤਾ ਉਹਨਾਂ ਨੇ। ਔਰ ਜਦਕਿ ਜਿਹੜਾ ਉਲਟਾ ਟੈਕਸ ਜਿਹੜੇ ਹੈਗੇ, ਇਲੈਕਟ੍ਰਿਸਿਟੀ ਚਾਰਜਿਸ ਜਿਹੜੇ ਹੈਗੇ ਆ, ਉਹ ਵਧਾਉਣ ਦੇ ਉਪਰਾਲੇ ਹੋ ਰਹੇ, ਔਰ ਇਸੇ ਤਰ੍ਹਾਂ ਜਿਹੜਾ ਹੈ ਕਿ ਬੁਢਾਪਾ ਪੈਨਸ਼ਨ ਹੈ। ਸੋ ਲੋਕ ਜਿਹੜੀਆਂ ਪਹਿਲਾਂ ਵੀ ਪੈਨਸ਼ਨਾਂ ਆਉਂਦੀਆਂ ਸੀਗੀਆਂ, ਬੜਾਉਣਾ ਤਾਂ ਕੀ ਹੈ, ਜਿਹੜੀਆਂ ਪਹਿਲਾਂ ਵੀ ਆਉਂਦੀਆਂ ਸੀਗੀਆਂ ਅਕਾਲੀ ਭਾਜਪਾ ਨੇ ਸ਼ੁਰੂ ਕੀਤੀਆਂ, ਉਹ ਵੀ ਬੰਦ ਹੋ ਗਈਆਂ। ਆਟਾ ਦਾਲ ਸਕੀਮ ਹੈ, ਉਹ ਵੀ ਬੰਦ ਹੈ। ਸੋ ਸਾਰੀਆਂ ਜਿਹੜਾ ਹੈਗਾ ਗੱਪਾਂ ਦਾ ਕੜਾਅ ਬਣਾ ਰਹੇ ਆ, ਤਾਂ ਉਸ ਨਾਤੇ ਲੋਕ ਜਿਹੜੇ ਹੈ ਅੱਜ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਜਵਾਬ ਜਿਹੜਾ ਹੈਗਾ ਲੁਧਿਆਣਾ ਦੀ ਜਨਤਾ ਜਿਹੜੀ ਹੈਗੀ ਉਹ ਦੇਗੀ ਕਿ ਵੀ ਪੰਜਾਬ ਦਾ ਰੁੱਖ ਕਿੱਧਰ ਹੈ, ਕਿ ਵੀ ਕਾਰਪੋਰੇਸ਼ਨ ਜਿਹੜੀ ਹੈਗੀ ਆ ਲੁਧਿਆਣਾ ਦੀ ਉਹ ਅਕਾਲੀ ਭਾਜਪਾ ਦੀ ਬਣੇਗੀ। ਅੱਜ ਜੀ ਸਿੱਧੂ ਸਾਹਿਬ ਨੂੰ ਹੁਣ ਪੁੱਛਗਿੱਛ ਨਹੀਂ ਹੋ ਰਹੀ, ਕਿਉਂਕਿ ਉਹਨਾਂ ਨੇ ਆਪ ਹੀ ਕਿਹਾ ਹੈਗਾ ਕਿ ਸੱਤੇ ਪ੍ਰਤਾੜਿਤ ਹੋ ਰਿਹਾ, ਅਤੇ ਸੋ ਸੱਤੇ ਕਦ ਤੱਕ ਪ੍ਰਤਾੜਿਤ ਹੋਏਗਾ ਇਹ ਜ਼ਰਾ ਮੈਨੂੰ ਸਿੱਧੂ ਸਾਹਿਬ ਦੱਸ ਦੇਣ। ਪੰਜਾਬ ਨਾਲ ਜੁੜੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਤੇ ਕਲਿੱਕ ਕਰੋ ਬੈਲ ਆਈਕਨ ਤੇ, ਤਾਂ ਜੋ ਤੁਹਾਨੂੰ ਹਰ ਖਬਰ ਮਿਲੇ ਸਭ ਤੋਂ ਪਹਿਲਾਂ। ਇਸ ਦੇ ਨਾਲ ਹੀ ਵਿਜਿਟ ਕਰੋ ਸਾਡੀ ਵੈਬਸਾਈਟ ਤੇ www.khabarharpalindia.com ਤੇ। ਇਸ ਦੇ ਨਾਲ ਹੀ ਤੁਸੀਂ ਸਾਡਾ Facebook ਪੇਜ ਵੀ ਲਾਈਕ ਕਰ ਸਕਦੇ ਹੋ, Facebook ਤੇ ਸਰਚ ਕਰੋ ਖਬਰ ਹਰਪਲ ਇੰਡੀਆ।